ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਤਨਾਮ ਧਾਲੀਵਾਲ ਗਲੋਬਲ ਐਸ ਐਸ ਵੀਜ਼ਾ ਐਂਡ ਇਮੀਗ੍ਰੇਸ਼ਨ ਕੋਟਕਪੁਰਾ ਤੋਂ ਆਪਣੇ ਚੈਨਲ ਐਸ ਧਾਲੀਵਾਲ ਵਰਕਸ ਤੁਹਾਡਾ ਸਵਾਗਤ ਕਰਦਾ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ, ਜਿੱਥੇ ਹੋਵੋਗੇ ਰਾਜ਼ੀ ਖੁਸ਼ੀ ਹੋਵੋਗੇ, ਤੰਦਰੁਸਤ ਹੋਵੋਗੇ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੋਵੋਗੇ। ਆਪਾਂ ਹਮੇਸ਼ਾ ਇੱਕ ਗੱਲ ਕਰਦੇ ਹੁੰਦੇ ਹਾਂ ਨਾ ਕਿ ਸਬਰ ਰੱਖੋ, ਸਬਰ ਰੱਖੋ, ਸਬਰ ਰੱਖੋ। ਬਹੁਤ ਸਾਰੇ ਵੀਰ ਆ, ਇੱਕ ਵੀਰ ਤਾਂ ਮੈਨੂੰ ਇਹ ਗੱਲ ਕਹਿੰਦੇ, ਕਹਿੰਦਾ ਭਾਈ ਤੁਸੀਂ ਕਥਾ ਕਰਨ ਲੱਗ ਜਾਂਦੇ ਹੋ। ਸੋ ਗੱਲ ਉੱਥੇ ਚਲੀ ਜਾਂਦੀ ਹੈ ਵੀਰ ਕਿ ਜਿਸ ਜਗ੍ਹਾ ਤੋਂ ਆਪਾਂ ਨੂੰ, ਠੀਕ ਹੈ, ਸਭ ਤੋਂ ਵੱਧ ਪੋਜ਼ਿਟਿਵਿਟੀ ਮਿਲਦੀ ਹੋਵੇ, ਜਿਹਦਾ ਸਭ ਤੋਂ ਜ਼ਿਆਦਾ ਸਹਾਰਾ ਹੋਵੇ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ, ਉਹਦਾ ਨਾਮ ਲੈਣਾ ਜਿਹੜਾ ਹੁੰਦਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ, ਠੀਕ ਹੈ ਜੀ। ਸੋ ਦੇਣਾ ਸਭ ਕੁਛ ਉਸੇ ਨੇ, ਕਿਸਮਤ ਸਭ ਕੁਛ ਉਸੇ ਨੇ, ਬਿਲਡ ਕਰਨੀ ਆ ਜੋ ਆਪਣੇ ਕਰਮਾਂ 'ਚ ਲਿਖਿਆ, ਸਭ ਕੁਛ ਉਸੇ ਨੇ ਕਰਨਾ। ਅਗਰ ਆਪਾਂ ਉਹਦਾ ਸ਼ੁਕਰਾਨਾ ਨਹੀਂ ਨਾ ਕਰ ਸਕਦੇ ਤਾਂ ਫਿਰ ਆਪਾਂ ਨੂੰ ਐਂ ਲਾ ਲਓ ਵੀ ਆਪਾਂ ਕਿਸੇ ਵੀ ਚੀਜ਼ ਦੇ ਕੰਮ ਨੂੰ ਕਰਨ ਦੇ ਹੱਕਦਾਰ ਹੀ ਨਹੀਂ ਹੈਗੇ, ਕਿਉਂਕਿ ਜਦੋਂ ਆਪਾਂ ਕੋਈ, ਆਪਾਂ ਵੈਸੇ ਵੀ ਆਪਾਂ ਨੂੰ ਇੱਕ ਚੀਜ਼ ਸਿਖਾਈ ਜਾਂਦੀ ਹੈ ਕਿ ਆਪਣੀ ਅਗਰ ਕੋਈ ਮਦਦ ਕਰਦਾ ਤਾਂ ਉਹਨੂੰ ਥੈਂਕ ਯੂ ਜ਼ਰੂਰ ਕਹੋ, ਠੀਕ ਹੈ। ਥੈਂਕ ਯੂ ਕਹਿਣ ਨਾਲ ਆਪਾਂ ਛੋਟੇ ਨਹੀਂ ਹੁੰਦੇ, ਇੱਕ ਐਪਰੀਸ਼ੀਏਸ਼ਨ ਹੋ ਜਾਂਦੀ ਆ। ਅਤੇ ਜਿਹੜਾ ਆਪਣਾ ਆਪਾਂ ਨੂੰ ਸਭ ਕੁਝ ਦਿੰਦਾ ਯਾਰ, ਕੀ ਆਪਾਂ ਉਹਦਾ ਸ਼ੁਕਰਾਨਾ ਨਹੀਂ ਕਰ ਸਕਦੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਟੋਪਿਕ 'ਤੇ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਇਹ ਦੇਖਣਾ ਕਿ ਜੋ ਇੰਟਰਵਿਊਜ਼ ਆ ਰਹੇ ਨੇ, ਇੰਟਰਵਿਊਜ਼ ਬਹੁਤ ਆ ਰਹੇ ਨੇ ਜੀ, ਟੈਲੀਫੋਨਿਕ ਇੰਟਰਵਿਊ ਬਹੁਤ ਆ ਰਹੇ ਨੇ ਕੈਨੇਡੀਅਨ ਐਮਬੈਸੀ ਵੱਲੋਂ, ਤਾਂ ਉਸ ਤੋਂ ਬਾਅਦ ਰਿਜ਼ਲਟਸ ਕਿੱਦਾਂ ਦੇ ਆ ਰਹੇ ਨੇ। ਅਤੇ ਜਿੱਦਾਂ ਪਿਛਲੀ ਵੀਡੀਓ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਜੋ ਸਪਾਊਸ ਦੇ ਡਾਕੂਮੈਂਟਸ ਜਿਹੜੇ ਮੰਗੇ ਜਾ ਰਹੇ ਆ, ਉਹਦੇ ਨਾਲ ਨਾਲ ਰਿਜ਼ਲਟਸ ਦਾ ਰਿਸਪੋਂਸ ਕਿੱਦਾਂ ਦਾ ਆ ਰਿਹਾ। ਅਤੇ ਸੈਕਿੰਡਲੀ ਜਿਹੜਾ ਕਿ ਕੈਨੇਡਾ ਐਂਡ ਇੰਡੀਆ ਲਾਈਕ IRCC ਵੱਲੋਂ ਇੱਕ ਟਵੀਟ ਕੀਤਾ ਗਿਆ ਕਿ ਫੇਕ ਮੈਰਿਜਿਸ ਨੂੰ ਲੈ ਕੇ ਜਾਂ ਮੈਰਿਜ ਜੈਨੂਨੈਸ ਨੂੰ ਲੈ ਕੇ, ਰਿਲੇਸ਼ਨਸ਼ਿਪ ਨੂੰ ਲੈ ਕੇ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ ਕਿ ਉਹਦਾ ਕੀ ਇਫੈਕਟ ਪੈਣ ਵਾਲਾ ਹੈਗਾ, ਜਿਹੜੀਆਂ ਨਿਊ ਫਾਈਲਜ਼ ਲੱਗਣਗੀਆਂ, ਜਿਹੜੀਆਂ ਆਲਰੇਡੀ ਜਿਹੜੀਆਂ ਲੱਗੀਆਂ ਹੋਈਆਂ 2020 ਦੀਆਂ ਮੋਸਟਲੀ ਜਿਹੜੀਆਂ ਫਾਈਲਾਂ ਲੱਗੀਆਂ ਹੋਈਆਂ, ਬਹੁਤ ਟਾਈਮ ਦੀਆਂ ਜਿਹੜੀਆਂ ਸਟੱਕ ਆ। ਬਹੁਤ ਸਾਰੇ ਐਪਲੀਕੈਂਟਸ ਨੇ ਕੈਪਸ ਨੋਟ ਆਪਣੇ ਅਪਲਾਈ ਕਰਕੇ ਦੇਖੇ, ਹੈ ਨਾ, ਕੈਪਸ ਨੋਟ ਦੇ ਵਿੱਚ ਉਹਨਾਂ ਨੂੰ ਇੰਟਰਵਿਊ ਰਿਕਮੈਂਡਡ ਲਿਖਿਆ ਹੋਇਆ ਆਇਆ। ਸੋ ਇੰਟਰਵਿਊ ਦੇ ਰਿਕਮੈਂਡੇਸ਼ਨ ਦੇ ਨਾਲ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਇਸ ਚੀਜ਼ ਦੀ ਵੇਟ ਕਰੀ ਜਾਂਦੇ ਨੂੰ ਕਿ ਪਤਾ ਨਹੀਂ ਕਦੋਂ ਇੰਟਰਵਿਊ ਓਪਨ ਹੋਣਗੇ, ਪਤਾ ਨਹੀਂ ਕਦੋਂ ਸਾਡੀ ਪ੍ਰੋਫਾਈਲ ਅੱਗੇ ਜਾਊਗੀ। ਲਾਸਟ ਵੀਡੀਓ ਦੇ ਵਿੱਚ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਉਸ ਤੋਂ ਬਾਅਦ ਵੀ, ਠੀਕ ਹੈ ਜੀ, ਘੱਟੋ ਘੱਟ ਨੇ ਤਾਂ ਆਪਾਂ ਗੱਲ ਕਰ ਲਈਏ 10 ਤੋਂ 12 ਜਣਿਆਂ ਨੇ ਫੋਨ ਕਰਕੇ ਇਹ ਚੀਜ਼ ਦੱਸੀ, ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਭਾਅ ਜੀ ਕਿ ਸਾਨੂੰ ਇੰਟਰਵਿਊ ਆਇਆ, ਸਾਡਾ ਟੈਲੀਫੋਨਿਕ ਇੰਟਰਵਿਊ ਆਇਆ ਹੈਗਾ, ਭੈਣਾਂ ਵੀ ਸੀਗੀਆਂ, ਵੀਰ ਵੀ ਸੀਗੇ, ਠੀਕ ਹੈ, ਕਿ ਸਾਨੂੰ ਇਹ ਚੀਜ਼ ਪੁੱਛੀ ਗਈ। ਬਹੁਤ ਸਾਰੇ ਐਪਲੀਕੈਂਟ ਜਿਹੜੇ ਹੈਗੇ ਆ ਉਹਨਾਂ ਤੋਂ ਸਿਰਫ ਉਹਨਾਂ ਦੇ ਸਪਾਊਸ ਦਾ ਸਟੇਟਸ ਪੁੱਛਣ ਵਾਸਤੇ, ਜੋ ਸਪਾਊਸ ਦੀ ਸਟੇਟਸ ਦੀ ਅਪਡੇਸ਼ਨ ਆ ਉਹ ਮੰਗੀ ਜਾ ਰਹੀ ਆ। 2-3 ਕੇਸਿਸ ਇਹੋ ਜਿਹੇ ਆਏ ਜਿਹਦੇ ਵਿੱਚ ਉਹਨਾਂ ਨੂੰ ਮੈਰਿਜ ਨਾਲ ਰਿਲੇਟਡ ਬਹੁਤ ਸਾਰੀਆਂ ਗੱਲਾਂ ਪੁੱਛੀਆਂ ਗਈਆਂ, ਕਿਉਂਕਿ ਦੇਖੋ ਮੈਰਿਜ ਨਾਲ ਰਿਲੇਟਡ ਤਾਂ ਚਲੋ ਉਹਨਾਂ ਨੇ ਪੁੱਛਣਾ ਹੈਗਾ, ਮੈਰਿਜ ਨਾਲ ਰਿਲੇਟਡ ਗੱਲਾਂ ਬਹੁਤ ਜ਼ਿਆਦਾ ਪੁੱਛੀਆਂ ਗਈਆਂ। ਪਰ ਇੱਕ ਐਪਲੀਕੈਂਟ ਹੈਗਾ ਜਿਹਨੂੰ ਉਹਦੀ ਮੈਰਿਜ ਨਾਲ ਰਿਲੇਟਡ ਐਂਡ ਉਹਦੀ ਕੈਨੇਡੀਅਨ ਇੰਪਲੋਇਮੈਂਟ ਹਿਸਟਰੀ ਨਾਲ ਰਿਲੇਟਡ ਉਹਨੂੰ ਐਡੀਸ਼ਨਲ ਡਾਕੂਮੈਂਟ ਦੀ ਡਿਮਾਂਡ ਕੀਤੀ ਗਈ ਆ ਆਫਟਰ ਉਹਦੇ ਟੈਲੀਫੋਨਿਕ ਇੰਟਰਵਿਊ ਅਲੋਂਗ ਵਿਦ ਉਹਦੇ ਸਪਾਊਸ ਦਾ ਸਟੇਟਸ, ਠੀਕ ਹੈ ਜੀ। ਲਾਈਕ ਜਦੋਂ ਉਹਨਾਂ ਨੇ ਆਪਣੀ ਫਾਈਲ ਲਗਾਈ ਸੀ, ਆਪਣੀ ਸਪਾਊਸ ਓਪਨ ਵਾਪਾਮੈਂਟ ਦੀ ਫਾਈਲ ਲੌਂਚ ਕੀਤੀ ਸੀ, ਉਸ ਟਾਈਮ ਉਹਦੀ ਵਾਈਫ ਜਿਹੜੇ ਸੀਗੇ ਜਾਂ ਸਪਾਊਸ ਇਨ ਕੈਨੇਡਾ ਸੀ, ਉਹ ਸਟੱਡੀ ਦੇ ਉੱਪਰ ਸੀਗਾ 1 ਸਾਲ। ਅਤੇ ਆਈ ਥਿੰਕ ਉਹ ਕਹਿੰਦੇ ਕਿ ਮੈਨੂੰ 10 ਕੁ ਮਹੀਨੇ ਹੋ ਗਏ ਮੇਰੀ ਫਾਈਲ ਲੱਗੀ ਨੂੰ, ਹੁਣ ਜਾ ਕੇ ਕਿਤੇ ਮੇਰਾ ਇੰਟਰਵਿਊ ਆਇਆ। ਸੋ ਇਹਨਾਂ ਮੇਨ ਟਾਈਮ ਉਹਦੇ ਵਾਈਫ ਜਿਹੜੇ ਹੈਗੇ ਆ ਉਹ ਹੁਣ ਵਰਕ ਪਰਮਿਟ 'ਤੇ ਨੇ, ਠੀਕ ਹੈ ਜੀ। ਉਸ ਵੀਰ ਨੇ ਕਿਹਾ ਕਿ ਉਹ ਕਹਿੰਦਾ ਕਿ ਮੇਰੇ ਵਾਈਫ ਦੀ ਜਿਹੜੇ ਹੈਗੇ ਆ ਉਹਨਾਂ ਕੋਲ ਨੌਕ ਲੈਵਲ B ਦੀ ਜੋਬ ਨਹੀਂ ਹੈਗੀ, ਬਟ ਨੌਕ ਲੈਵਲ C ਦੀ ਜੋਬ ਸੀਗੀ। ਸੋ ਮੈਂ ਕਹਿੰਦਾ ਉਹ ਸਾਰਾ ਕੁਛ ਉਹਨਾਂ ਨੂੰ ਅਪਡੇਟ ਕਰ ਦਿੱਤਾ ਹੈਗਾ, ਬਟ ਉਹ ਕਹਿੰਦੇ CVO ਮੈਨੀਟੋਬਾ ਦੇ ਵਿੱਚ, ਠੀਕ ਹੈ, ਅਤੇ ਮੈਨੀਟੋਬਾ ਦੇ ਵਿੱਚ ਨੌਕ ਲੈਵਲ B, ਕਹਿੰਦਾ ਕਿ PR ਵਾਸਤੇ ਨਹੀਂ ਚਾਹੀਦਾ ਹੁੰਦਾ। ਸਾਨੂੰ ਕਹਿੰਦਾ ਕਿਸੇ ਨੇ ਇਸ ਚੀਜ਼ ਦੀ ਗਾਈਡੈਂਸ ਦਿੱਤੀ ਸੀ ਕਿ, ਬਟ ਓਨਟੈਰੀਓ ਦੇ ਵਿੱਚ ਵੀ ਕਹਿੰਦੇ ਜਿੱਦਾਂ ਕਹਿੰਦੇ ਕਿ PNPs ਬੰਦ ਨੇ, BC ਦੇ ਵਿੱਚ ਬੰਦ ਨੇ, ਕਹਿੰਦੇ ਫਿਰ ਇਹ ਤਾਂ PR ਵਾਸਤੇ ਚਾਹੀਦਾ ਹੁੰਦਾ, ਇਹਦਾ ਕੋਈ ਇਸ਼ੂ ਨਹੀਂ ਹੈ। ਕਹਿੰਦੇ ਸਾਨੂੰ ਬਹੁਤ ਸਾਰੇ ICCRC ਮੈਂਬਰਸ ਨੇ ਵੀ ਇਹ ਗੱਲ ਕਹੀ ਅਤੇ ਬਹੁਤ ਸਾਰੇ ਇੱਥੇ ਇੰਡੀਅਨ ਕੰਸਲਟੈਂਟਸ ਨੇ ਵੀ ਇਹ ਗੱਲ ਕਹੀ ਕਿ ਇਸ ਚੀਜ਼ ਦੀ ਇਹਦਾ ਕੋਈ ਇਸ਼ੂ ਨਹੀਂ ਪੈਂਦਾ, ਕਿਉਂਕਿ ਉਹ ਤਾਂ ਪਹਿਲਾਂ ਚਾਹੀਦਾ ਹੁੰਦਾ, ਤੁਸੀਂ ਆਪਣਾ ਬਸ ਸਟੇਟਸ ਅਪਡੇਟ ਕਰ ਦਿਓ ਕਿ ਇਕੱਲਾ ਵਰਕ ਪਰਮਿਟ ਉਹਨਾਂ ਕੋਲ। ਉਹ ਵੀਰ ਕਹਿੰਦਾ ਕਿ ਮੈਂ ਉਹ ਅਪਡੇਟ ਕਰ ਦਿੱਤਾ, ਕਹਿੰਦੇ ਕਿ ਮੇਰੇ ਖੁਦ ਦੇ ਕੰਸਲਟੈਂਟ ਨੇ ਇਹ ਚੀਜ਼ ਕਹੀ ਸੀ, ਠੀਕ ਹੈ ਜੀ। 2-3 ਵਾਰ ਉਹਨੇ ਉਸ ਤੋਂ ਪਹਿਲਾਂ ਮੇਰੇ ਨਾਲ ਗੱਲ ਕੀਤੀ, ਮੈਨੂੰ ਇਹੀ ਗੱਲ ਕਹਿੰਦਾ ਹੁੰਦਾ ਸੀ ਕਿ ਮੈਂ ਕਿ ਦੇਖੋ ਵਰਕ ਪਰਮਿਟ 'ਤੇ ਆ ਕੇ ਉਹਨੂੰ ਨੌਕ ਲੈਵਲ B ਦੀ ਜੋਬ ਦਾ ਅਰੇਂਜਮੈਂਟ ਕਰਵਾ ਦਿਓ, ਕਿਉਂਕਿ ਉਹ ਮਸਟ ਹੈ ਤੁਹਾਡੀ ਐਲੀਜੀਬਿਲਟੀ ਵਾਸਤੇ। ਉਹ ਵੀਰ ਕਹਿੰਦਾ ਮੈਂ ਇੱਥੋਂ ਮੇਰੇ ਇੰਡੀਅਨ ਇੰਪਲੋਇਮੈਂਟ ਹਿਸਟਰੀ ਨਾਲ ਰਿਲੇਟਡ ਜਿਹੜੇ ਹੈਗੇ ਆ ਅਡੀਸ਼ਨਲ ਡਾਕੂਮੈਂਟਸ ਮੰਗੇ ਗਏ, ਕਹਿੰਦਾ ਮੈਂ ਉਹ ਦੇ ਦਿੱਤੇ। ਕਿਉਂ? ਕਿਉਂ ਇੱਕ ਐਗਰੀਕਲਚਰ ਕਰ ਰਿਹਾ ਸੀ, ਲਾਈਕ ਉਹਦੇ ਜੋ ਰੀਸੈਂਟ ITR ਹੈਗੀ ਆ ਜੇ ਫਾਰਮ ਆ, ਉਸ ਚੀਜ਼ ਦੀ ਡਿਮਾਂਡ ਕੀਤੀ ਗਈ। ਪਲੱਸ ਉਹਦੇ ਮੈਰਿਜ ਨਾਲ ਰਿਲੇਟਡ ਜਿਹੜੇ ਹੈਗੇ ਪਰੂਫ, ਲਾਈਕ ਹੋਰ ਫੋਟੋਆਂ ਥੋੜ੍ਹੀਆਂ ਜਿਹੀਆਂ ਡਿਮਾਂਡ ਕੀਤੀ ਗਈ, ਕਿਉਂਕਿ ਉਹਨਾਂ ਜਿਹੜੀਆਂ ਫੋਟੋਆਂ ਨੇ ਲਗਾਈਆਂ ਸੀ, ਕਿਉਂਕਿ ਉਹ ਵਿਦਆਊਟ ਲਾਈਕ ਲੋਕਡਾਊਨ ਪੀਰੀਅਡ ਨਹੀਂ ਸੀਗਾ ਜਦੋਂ ਉਹਨਾਂ ਦੀ ਮੈਰਿਜ ਹੋਈ ਸੀ, ਤਾਂ ਉਸ ਟਾਈਮ ਦੇ ਉੱਪਰ ਇਕੱਠ ਹੁੰਦਾ ਸੀ ਫੋਟੋਆਂ ਦੇ ਵਿੱਚ। ਸੋ ਉੱਥੋਂ ਥੋੜ੍ਹੀਆਂ ਜਿਹੀਆਂ ਫੋਟੋਆਂ ਦੀ ਡਿਮਾਂਡ ਕੀਤੀ ਗਈ ਕਿ ਤੁਸੀਂ ਸਾਨੂੰ ਆਪਣਾ ਰਿਲੇਸ਼ਨਸ਼ਿਪ ਨੂੰ ਇਸ ਚੀਜ਼ ਨਾਲ ਸਟਰੋਂਗ ਕਰਕੇ ਦਿਓ। ਉਹ ਸਾਰਾ ਕੁਛ ਕਹਿੰਦਾ ਮੈਂ ਦਿੱਤਾ, ਅਤੇ ਹੁਣ ਉਸ ਵੀਰ ਦੀ ਜਿਹੜੀ ਹੈਗੀ ਆ ਰਿਫਿਊਜ਼ਲ ਆਈ ਆ ਇੰਟਰਵਿਊ ਤੋਂ ਬਾਅਦ, ਅਤੇ ਉਹਦਾ ਰੀਜ਼ਨ ਦਿੱਤਾ ਗਿਆ
अगर वो वर्क परमिट पर जाते हैं या तुम जिन्होंने अपनी फ्रैश फाइल लॉज करनी है जिन्हों फाइल्स ऑलरेडी एमबैसी के है हजे रिजल्ट नहीं आया उन्होंने वाइफ की स्टडी खत्म हो चुकी आ तो उन्होंने वर्क परमिट के उपर अपना जा रहे हैं वर्क परमिट उन्होंने मिल गया या किसी ने अपना अपलाई किया हो नॉक लैवल बी की NOC कोड बी लैवल की जॉब जी होंगी बहुत ज़्यादा मस्ट होंगी तो एलिजिबिलिटी क्राइटेरिया वास्ते स्पाउस ओपन वर्क परमिट की सो उस चीज़ के उपर किसी नाल किसी तो भी सुन के या किसी चीज़ का भी कॉम्प्रोमाइज़ ना करा करो अगर जिथे भी आप वाइफ काम कर रहे हैं वो इंप्लॉयर उन्होंने नॉक लैवल बी की जॉब पर प्रमोट करता तो वैल एंड गुड ने अपनी किसी भी तरीके अपनी जॉब जी होंगी जरूर अरेंज करा करो क्योंकि नॉक लैवल बी की जॉब तुहाडे स्पाउस ओपन वर्क परमिट की एप्लीकेशन वास्ते मस्ट होंगी है वो एलिजिबिलिटी क्राइटेरिया मीट करने लिए बाकी जो इंटरव्यूज़ आ रहे हैं उन्होंने जिन्हों तो भी अपने स्पाउस के स्टेटस पूछे जा रहे हैं उन्होंने स्पाउस हूँ नॉक लैवल बी के उपर होंगे ने वर्क परमिट पर तो उन्होंने वीर के 7-8 जने जिन्होंने यह गल कही कि भाई साडा इंटरव्यू होया सी क्योंकि पहला मेरे कॉल पर गल करते होंगे हालांकि मेरे को फाइल्स नहीं लगियां बट फिर भी चलो एक भाईचारक सांझ के तौर पर गल कर लेंगे भैणा भी सगिया वीर भी सके सो उन्होंने दस्या कि साढ़े तो इन चीज़ें डिमांड की गई ठीक है जी असी 15 दिन का सानू टाइम दिता गया असी विदिन 1 or 2 डेज जिहड़ा हैगा अपनी वाइफ का स्टेटस जिहड़ा हैगा अपडेट कर दिता सम जिहड़ी हैगी आ स्पाउस ओपन वर्क परमिट की PPR जिहड़ी हैगी रिसीव हुई है सो इंटरव्यूज़ आप गल कर लें कि शुरू हो चुके आगे तुम अपने अपने आप की प्रैपरेशन रखो जिन्होंने इंटरव्यू रिकमेंडेशन उन्होंने पता है बट जिन्होंने भी इंटरव्यू के इंटरव्यू के बारे आता हो लिखा उन्होंने GCQ के उन्हें इंटरव्यू रिकमेंड आ रहा या उन्होंने कैप्स नोट के इंटरव्यू आ रहा तो अपनी प्रैपरेशन इंटरव्यू ना रिलेटेड जी है जरूर रखो और अपने एलिजिबिलिटी क्राइटेरिया के स्पाउस ओपन वर्क परमिट की एप्लीकेशन के जरूर इस चीज़ को लेकर वर्क करया करो। सैकेंड टॉपिक आप गल कर लेना जी जो IRCC वालों एक ट्वीट किया गया कि जो रिलेशनशिप्स में लैके क्योंकि बहुत सारिया एप्लीकेशन है स्पाउस ओपन वर्क परमिट दियाँ रिजेक्ट हुई बहुत सारे एप्लीकेंट्स के उपर 5 years का बैन भी लग्या हुआ वो बैन सिर्फ मिसरीप्रजेंटेशन की वजह न लग्या पहला मिसरीप्रजेंटेशन ना लाइक मार्केट के एक चीज़ होंगी सी कि तुसी अगर कोई ट्रैवल हिस्टरी अपनी हाइड करते हो या तुसी कोई रिफ्यूजल हाइड करते हो तो वो चीज़ में लैके मिसरीप्रजेंटेशन होंगी सी बट नॉट ईवन तुहाडी रिफ्यूजल उस तो इलावा अगर तुसी अपनी मैरिज की मिसरीप्रजेंटेशन करते हो लाइक तुहाडी फेक मैरिज है तुहाडी कॉन्ट्रैक्ट मैरिज है तुसी अपनी मैरिज नूं जेन्युइन प्रूव नहीं कर पाउंदे अलोंग विद तुहाडी इंप्लॉयमेंट अगर तुसी इहो जिहे डॉक्यूमेंट लगा रहे हो जिन्हां नूं तुसी सपोर्ट ही नहीं कर रहे तो तुसी मिसरीप्रजेंटेशन वल वध रहे हो और मिसरीप्रजेंटेशन उन्हां दे लॉज के अकॉर्डिंग उन्हां दे कानून के अकॉर्डिंग बहुत वड्डा एक जुर्म हैगा कैनेडियन इमीग्रेशन दे विच सो उन्होंने ट्वीट दे विच कहा कि अगर कोई भी मैरिज नूं लैके मिसरीप्रजेंटेशन करता है तो तुहानूं रिफ्यूजल ना देंदे होए तुहाडे तों उपर 5 years तक का बैन जिहड़ा हैगा लग सकता हैगा बहुत सारे एप्लीकेंट्स के उपर लग्या भी हैगा सो जिहड़े भी एप्लीकेंट्स ने अपनी फाइल हजे लगाउणी आ स्पाउस ओपन वर्क परमिट दे जिन्हां ने अपनी फाइल्स लगा दित्तियां हैगियां ने जिन्हां दियां फाइल्स लगियां होईयां ने अपनी प्रोफाइल दे उपर इस चीज़ का वर्क करे कि हाँ कि वाकई है कि सानू साडा जिहड़ा रिलेशनशिप आ प्रॉपर तरीके दे नाल जिहड़ा हैगा साडे कंसल्टेंट वल्लों जिहड़ा हैगा शो किया गया होवे और जिहड़े वीरां ने भी अपनी फाइल्स लगाउणियां हैगियां अपने कंसल्टेंट दे कहा करो कि सानू साडी फाइल दिखाओ पहलां कि जो तुसीं ओदियां PDFs तैयार कीतियां होईयां ने सानू एक बार जरूर दिखाओ घट्टो घट्ट सानू इस चीज़ का पता होवे एज अ एप्लीकेंट कि साडी फाइल दे विच लग की रहा है बहुत सारे एप्लीकेंट है जिहड़े लाइक फॉरन तो फाइल लगवाते हैं या बहुत दूर वाले किसी कंसल्टेंट तो फाइल लगवाते हैं तो वह कह देंगे कि यार कि साढ़े कंसल्टेंट ने सानू दिखाया नहीं वह कहना कि जिहड़े डॉक्यूमेंट तुसी मैंने दिते सी वह मैं लगा दिते उही एम्बेसी च गए आ बट यह गल सच नहीं होंगी क्योंकि बहुत सारे केसिज़ का देखने को मिले क्योंकि जो आप कैप्स नोट कढ़वाने ना किसी के रिफ्यूजल केसिज के आप विद डॉक्यूमेंट कैप्स नोट अपलाई करते हैं उस तो बाद पता लगता जी कि कंसल्टेंट वालों इमीग्रेशन ऑफिसर के अगे जो कुछ पेश किया गया वह है कि ठीक है जी सो बहुत सारिया चीज़ें इस चीज़ के मैटर कर दिया होंगे तुम अपना रिलेशनशिप के उपर अपनी इंप्लॉयमेंट हिस्टरी के उपर प्रॉपर वर्क करके अपनी फाइल लगवाया करो कल कंसल्टेंट उपर ना छड़ा करो और फर्ज एक कंसल्टेंट का तुम्हें गाइड करना होंगे बट उस तो उपर उस चीज़ के उपर वर्क करना जिम्मेवारी एज एप्लीकेंट उत्थे तुहाडी भी बन जाती है सो किसी भी चीज़ को लैके तुम अपनी मिसरीप्रजेंटेशन ना कराया करो जो कोई भी आप काम की शुरुआत करते हैं ना तो गुरु महाराज भी यह गल कहते हैं कि किसी भी काम की शुरुआत करने तो पहला अगर आप ही झूठ का साथ फड़ लें ना तो जिंदगी दे विच कदे सफलता नहीं मिलती या जिंदगी दे विच कदे भी वो काम सिरे नहीं चढ़ता है सो हमेशा सच्चाई दे नाल चलिया करो अपनी तकदीर है यार जिदे किस्मत जो दाना पानी जिथे लिखा ना उन्हें उत्थे पहुँच जाना अपनी मेहनत ना छड्डो ठीक है जी अपनी ईमानदारी दे नाल विदाउट एनी मिसरीप्रजेंटेशन 110% आप छड्डो 200% 500% अपनी जेन्युइनिटी रख के तुसीं अपनी एप्लीकेशन लॉन्च कराया करो कल स्पाउस ओपन वर्क परमिट की नहीं जी कैनेडा स्टडी वीज़ा हो गया विजिटर वीज़ा हो गया कितें भी तुसीं अपने डॉक्यूमेंट रिप्रजेंट करते हो एम्बेसी के अपनी प्रॉपर जेन्युइनिटी दे नाल जो डॉक्यूमेंट होंगे रिप्रजेंट कराया करो
ਸੋ ਤੁਸੀਂ ਕੈਨੇਡਾ ਸਪਾਊਸ ਓਪਨ ਅਪਾਰਟਮੈਂਟ ਦੇ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਜੀ, ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਜਾਂ ਆਪਣੀ ਫਾਈਲ ਲੌਜ ਕਰਵਾਉਣਾ ਚਾਹੁੰਦੇ ਹੋ, ਤੁਹਾਡੀ ਕੈਨੇਡਾ ਸਪਾਊਸ ਓਪਨ ਅਪਾਰਟਮੈਂਟ ਦੀ ਰਿਫਿਊਜ਼ਲ ਹੈ ਜੀ ਜਾਂ ਕੈਨੇਡਾ ਸਟੱਡੀ ਵੀਜ਼ਾ ਦੀ ਰਿਫਿਊਜ਼ਲ ਹੈ, ਅੱਜ ਕੱਲ੍ਹ ਵਿਜ਼ਟਰ ਵੀਜ਼ਾ ਬਹੁਤ ਅੱਛੇ ਰਿਜ਼ਲਟ ਆ ਰਹੇ ਨੇ, ਵਿਜ਼ਟਰ ਵੀਜ਼ਾ ਲੌਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮਿਲ ਸਕਦੇ ਹੋ। ਸਾਡਾ ਹੈੱਡ ਆਫਿਸ ਹੈ ਜੀ ਗਲੋਬਲ ਅਸੈਸ ਵੀਜ਼ਾ ਐਂਡ ਇਮੀਗ੍ਰੇਸ਼ਨ ਨੇੜੇ ਕੋਟਕਪੁਰਾ ਐਂਡ ਏਨਗਾ ਸਰਵਿਸ ਜੱਤਾ ਰੋਡ ਕੋਟਕਪੁਰਾ ਡਿਸਟ੍ਰਿਕਟ ਫਰੀਦਕੋਟ। ਕੰਟੈਕਟ ਨੰਬਰ ਹੈ ਜੀ 7707837700370035007। ਕਾਲ ਟਾਈਮਿੰਗਸ ਹੁੰਦੀਆਂ, ਪਲੀਜ਼ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ ਕੇ ਇਸ ਚੀਜ਼ ਦੀ ਬੇਨਤੀ ਹੈ ਕਿ ਕਾਲ ਟਾਈਮਿੰਗ ਹੁੰਦੀਆਂ ਜੀ 9 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ, ਮੰਡੇ ਟੂ ਸੈਟਰਡੇ, ਠੀਕ ਹੈ ਜੀ। ਬਟ ਸੰਡੇ ਨੂੰ ਕੀ ਹੁੰਦਾ ਕਿ ਕਾਲਸ ਨਹੀਂ ਲਈਆਂ ਜਾਂਦੀਆਂ, ਤਾਂ ਸੋ ਕੀ ਕਈ ਵਾਰ ਕੀ ਹੁੰਦਾ ਕਿ ਉਹ ਦੂਸਰੇ ਕੰਟੈਕਟ ਦੇ ਉੱਪਰ ਫੋਨ ਕਰ ਲੈਂਦੇ, ਉੱਥੇ ਗੱਲ ਨਹੀਂ ਹੋ ਪਾਉਂਦੀ। ਸੋ ਇਸ ਚੀਜ਼ ਦਾ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਪਲੀਜ਼। ਬਾਕੀ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਦੇ ਉੱਪਰ, ਸਾਰਿਆਂ ਦੀ ਵਿਸ਼ਿਜ਼ ਜਿਹੜੀਆਂ ਪੂਰੀਆਂ ਹੋਣ, ਸਭ ਨੇ ਆਪਣੇ ਆਪਣੇ ਖੁਆਬ ਸਜਾਏ ਹੁੰਦੇ ਆ, ਕੈਨੇਡਾ ਜਾਣ, ਆਪਣੇ ਸਪਾਊਸ ਨੂੰ ਮਿਲਣ, ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ। ਧੰਨਵਾਦ।